ਅਸੀਂ ਨਾ ਜਦੋਂ ਹੰਕਾਰ ਦੀ ਗੱਲ ਕਰਦੇ ਹਾਂ ਤਾਂ ਬੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਾਹਮਣੇ ਰੱਖਦੇ ਹਾਂ, ਤਾਂ ਕਈ ਵਾਰੀ ਅਸੀਂ ਮੈਂ ਲਫ਼ਜ਼ ਜਦੋਂ ਵਰਤਣਾ ਹੈ ਵੀ ਮੈਂ ਇਹ ਕੰਮ ਕੀਤਾ ਹੈ, ਮੈਂ ਇਹ ਕੰਮ ਕਰ ਸਕਦਾ ਹਾਂ, ਮੈਂ ਫਲਾਣਾ ਕੰਮ ਕੀਤਾ ਸੀ, ਹੁਣ ਜਦੋਂ ਮੈਂ ਲਫ਼ਜ਼ ਦੀ ਵਰਤੋਂ ਕਰਨੀ ਹੁੰਦੀ ਹੈ ਨਾ, ਅਸੀਂ ਕਰਦੇ ਨਹੀਂ, ਸਾਨੂੰ ਪਤਾ ਕੀ ਲੱਗਦਾ, ਸਾਨੂੰ ਲੱਗਦਾ ਜੇ ਮੈਂ ਲਫ਼ਜ਼ ਬੋਲ ਦਿੱਤਾ ਤਾਂ ਮੇਰੇ ਅੰਦਰ ਤਾਂ ਹੰਕਾਰ ਆ ਗਿਆ, ਮੈਂ ਲਫ਼ਜ਼ ਦੀ ਵਰਤੋਂ ਨਹੀਂ ਕਰਨੀ, ਫਿਰ ਅਸੀਂ ਕਰਦੇ ਕੀ ਹਾਂ, ਅਸੀਂ ਉੱਥੇ ਲਫ਼ਜ਼ ਵਰਤਦੇ ਹਾਂ ਦਾਸ, ਇਹ ਕੰਮ ਦਾਸ ਨੇ ਕੀਤਾ ਹੈ, ਫਲਾਣਾ ਕੰਮ ਦਾਸ ਨੇ ਕੀਤਾ ਹੈ, ਦਾਸ ਉੱਥੇ ਗਿਆ ਸੀ, ਦਾਸ ਉੱਥੋਂ ਆ ਗਿਆ ਸੀ, ਅਸੀਂ ਸੋਚਦੇ ਹਾਂ ਵੀ ਦਾਸ ਲਫ਼ਜ਼ ਵਰਤਾਂਗੇ ਤਾਂ ਹਉਮੈ ਨਹੀਂ ਆਉਂਦੀ, ਪਰ ਮੈਂ ਲਫ਼ਜ਼ ਵਰਤਾਂਗੇ ਤਾਂ ਹਉਮੈ ਆ ਜਾਂਦੀ ਹੈ। ਇਹ ਸਾਡੀ ਇੱਕ ਵਿਚਾਰ, ਸਾਡੀ ਇੱਕ ਥਿੰਕਿੰਗ ਜਿਹੜੀ ਹੈ ਨਾ ਉਹ ਬਣ ਚੁੱਕੀ ਹੈ। ਪਰ ਗੌਰ ਕਰਿਓ, ਹੋ ਸਕਦਾ ਹੈ ਇੱਕ ਬੰਦਾ ਮੈਂ ਅੱਖਰ ਦੀ ਵਰਤੋਂ ਕਰਦਾ ਹੋਵੇ ਅਤੇ ਉਹਦੇ ਅੰਦਰ ਹੰਕਾਰ ਨਾ ਹੋਵੇ, ਅਤੇ ਇਹ ਵੀ ਹੋ ਸਕਦਾ ਹੈ ਕਿ ਇੱਕ ਬੰਦਾ ਦਾਸ ਅੱਖਰ ਦੀ ਵਰਤੋਂ ਕਰਦਾ ਹੋਵੇ ਅਤੇ ਉਹ ਹੰਕਾਰੀ ਹੋਵੇ, ਸਿਰੇ ਦਾ ਵਾਪਰ ਸਕਦਾ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਕਿਉਂਕਿ ਗੱਲ ਇੱਥੇ ਮੈਂ ਜਾਂ ਦਾਸ ਦੀ ਨਹੀਂ ਹੈ, ਗੱਲ ਹੈ ਅੰਦਰਲੀ ਵਿਚਾਰਧਾਰਾ ਦੀ, ਗੱਲ ਹੈ ਅੰਦਰਲੀ ਵਿਚਾਰਧਾਰਾ ਦੀ। ਵੇਖੋ, ਮੈਂ ਲਫ਼ਜ਼ ਵਰਤਣਾ, ਮੇਰਾ ਲਫ਼ਜ਼ ਵਰਤਣਾ, ਇਹ ਤਾਂ ਸਾਡੀ ਇੱਕ ਬੋਲੀ ਹੈ। ਹੁਣ ਮੈਨੂੰ ਕੋਈ ਪੁੱਛੇਗਾ ਵੀ ਭਾਈ ਸਾਹਿਬ ਤੁਹਾਡਾ ਘਰ ਕਿੱਥੇ ਹੈ, ਤਾਂ ਮੈਂ ਇੱਦਾਂ ਹੀ ਬੋਲਾਂਗਾ ਨਾ, ਆਹ ਫਲਾਣਾ ਮੇਰਾ ਘਰ ਹੈ, ਇੱਦਾਂ ਹੀ ਕਹਾਂਗਾ ਨਾ, ਸਾਡੀ ਇੱਕ ਬੋਲੀ ਹੈ। ਮੈਨੂੰ ਕੋਈ ਪੁੱਛੇਗਾ ਵੀ ਤੁਸੀਂ ਕੱਲ੍ਹ ਕਿਤੇ ਗਏ ਸੀਗੇ, ਮੈਂ ਉੱਥੇ ਇਹੀ ਕਹਾਂਗਾ ਵੀ ਹਾਂ ਮੈਂ ਕੱਲ੍ਹ ਫਲਾਣੀ ਜਗ੍ਹਾ ਗਿਆ ਸੀਗਾ। ਇਹ ਮੈਂ ਲਫ਼ਜ਼ ਵਰਤਣਾ, ਮੇਰਾ ਲਫ਼ਜ਼ ਵਰਤਣਾ, ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਅੰਦਰ ਹੰਕਾਰ ਆ ਗਿਆ, ਇਹ ਸਾਡੀ ਬੋਲੀ ਹੈ। ਭਾਵੇਂ ਅਸੀਂ ਇੰਗਲਿਸ਼ ਵਿੱਚ ਗੱਲ ਕਰਨੀ ਹੈ, ਭਾਵੇਂ ਹਿੰਦੀ ਵਿੱਚ ਗੱਲ ਕਰਨੀ ਹੈ, ਭਾਵੇਂ ਪੰਜਾਬੀ ਦੇ ਵਿੱਚ ਗੱਲ ਕਰਨੀ ਹੈ, ਇਹ ਮੈਂ, ਮੇਰਾ, ਆਈ, ਇਹ ਅੱਖਰ ਤਾਂ ਵਰਤੇ ਹੀ ਜਾਣਗੇ, ਇਹ ਤਾਂ ਆਉਣਗੇ ਹੀ ਆਉਣਗੇ। ਇਹ ਅੱਖਰ ਵਰਤਣੇ ਹੰਕਾਰ ਦੀ ਨਿਸ਼ਾਨੀ ਨਹੀਂ ਹੁੰਦੀ, ਹੰਕਾਰ ਕੁਝ ਹੋਰ ਹੈ, ਗੱਲ ਮੈਂ ਜਾਂ ਦਾਸ ਦੀ ਨਹੀਂ। ਹੁਣ ਗੌਰ ਕਰਿਓ, ਮੈਂ ਨੁਕਤਾ ਤੁਹਾਡੇ ਸਾਹਮਣੇ ਰੱਖਦਾ। ਵੇਖੋ, ਇੱਕ ਬੰਦਾ ਨਾ ਇਹ ਗੱਲ ਕਹਿੰਦਾ ਹੈ ਕਿ ਮੈਂ ਇਹ ਫਲਾਣਾ ਕੰਮ ਕਰ ਸਕਦਾ ਹਾਂ, ਇੱਕ ਬੰਦੇ ਨੇ ਇਹ ਗੱਲ ਕਹੀ, ਮੈਂ ਇਹ ਫਲਾਣਾ ਕੰਮ ਕਰ ਸਕਦਾ ਹਾਂ, ਉਹਦੀ ਇਹ ਸਟੇਟਮੈਂਟ ਹੈ। ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੇ ਅੰਦਰ ਹੰਕਾਰ ਹੈ, ਇਹਨੂੰ ਆਪਾਂ ਪਤਾ ਕੀ ਕਹਾਂਗੇ, ਇਹਨੂੰ ਕਹਾਂਗੇ ਸਵੈ ਮਾਣ, ਉਹਨੂੰ ਆਪਣੇ ਆਪ ਦੇ ਉੱਤੇ ਇੰਨਾ ਕੁ ਮਾਣ ਹੈਗਾ ਕਿ ਮੈਂ ਇਹ ਕੰਮ ਕਰ ਸਕਦਾ ਹਾਂ। ਸੈਲਫ ਕੌਨਫੀਡੈਂਸ ਇਹ ਹੋਣਾ ਚਾਹੀਦਾ, ਹਰ ਇੱਕ ਦੇ ਵਿੱਚ ਹੋਣਾ ਚਾਹੀਦਾ। ਜਿਸ ਦੇ ਅੰਦਰ ਸਵੈ ਮਾਣ ਨਹੀਂ ਨਾ ਹੁੰਦਾ, ਸੈਲਫ ਕੌਨਫੀਡੈਂਸ ਨਹੀਂ ਹੁੰਦਾ, ਉਹ ਬੰਦਾ ਕੋਈ ਵੀ ਕੰਮ ਕਰਨ ਜੋਗਾ ਹੁੰਦਾ ਹੀ ਨਹੀਂ ਹੈ। ਜਦੋਂ ਵੀ ਆਪਾਂ ਕੋਈ ਕੰਮ ਕਰਨਾ ਹੈ ਤਾਂ ਆਪਣੇ ਆਪ ਨੂੰ ਇਹ ਮੈਸੇਜ ਤਾਂ ਬੰਦੇ ਨੂੰ ਦੇਣਾ ਹੀ ਪੈਂਦਾ ਹੈ ਨਾ ਕਿ ਹਾਂ ਮੈਂ ਇਹ ਕੰਮ ਕਰ ਲਵਾਂਗਾ, ਮੈਂ ਇਹ ਕੰਮ ਕਰ ਸਕਦਾ ਹਾਂ। ਹਰ ਬੱਚੇ ਦੇ ਅੰਦਰ, ਹਰ ਨੌਜਵਾਨ ਦੇ ਅੰਦਰ, ਹਰ ਕਿਸੇ ਦੇ ਅੰਦਰ ਇਹ ਵਿਚਾਰ ਹੋਣੀ ਚਾਹੀਦੀ, ਇਹ ਸਵੈ ਮਾਣ, ਸੈਲਫ ਕੌਨਫੀਡੈਂਸ ਹੋਣਾ ਚਾਹੀਦਾ ਹੈ ਕਿ ਮੈਂ ਇਹ ਫਲਾਣਾ ਕੰਮ ਕਰ ਸਕਦਾ ਹਾਂ। ਉਹ ਕਰਨ ਵਾਲੇ ਪਾਸੇ ਨੂੰ ਤਾਂ ਹੀ ਤੁਰੇਗਾ, ਜੇ ਉਹਦੇ ਅੰਦਰ ਇਹ ਵਿਚਾਰ ਨਹੀਂ ਨਾ ਹੋਏਗੀ ਤਾਂ ਉਹ ਕਰਨ ਵਾਲੇ ਪਾਸੇ ਨੂੰ ਕਦੀ ਤੁਰ ਨਹੀਂ ਸਕਦਾ। ਇਹਨੂੰ ਹੰਕਾਰ ਨਹੀਂ ਕਿਹਾ ਜਾਂਦਾ, ਇਹ ਤਾਂ ਬੜੀ ਚੰਗੀ ਚੀਜ਼ ਹੈ, ਜਾਂ ਇੰਝ ਕਹਿ ਲਓ ਕਿ ਹੰਕਾਰ ਦਾ ਸੁਧਰਿਆ ਹੋਇਆ ਰੂਪ ਹੈ, ਇਹ ਹੰਕਾਰ ਦਾ ਸੁਧਰਿਆ ਹੋਇਆ ਰੂਪ, ਹੰਕਾਰ ਦਾ ਸੁਧਰਿਆ ਹੋਇਆ ਜਿਹੜਾ ਰੂਪ ਹੈ ਨਾ, ਇਹ ਸਾਰਿਆਂ ਦੇ ਅੰਦਰ ਹੀ ਹੋਣਾ ਚਾਹੀਦਾ। ਇਹ ਚੰਗੀ ਗੱਲ ਹੈ, ਇਹ ਮਾੜੀ ਗੱਲ ਨਹੀਂ ਹੈ। ਪਰ ਦੂਜੇ ਬੰਨੇ ਜਦੋਂ ਹੁਣ ਕੋਈ ਬੰਦਾ ਇਹ ਸਟੇਟਮੈਂਟ ਦੇਵੇ ਕਿ ਮੈਂ ਫਲਾਣਾ ਕੰਮ ਕਰ ਸਕਦਾ ਹਾਂ ਅਤੇ ਸਿਰਫ ਇਹ ਕੰਮ ਮੈਂ ਹੀ ਕਰ ਸਕਦਾ ਹਾਂ, ਇਹਨੂੰ ਕਹਿੰਦੇ ਨੇ ਹੰਕਾਰ, ਕਿ ਫਲਾਣਾ ਕੰਮ ਮੈਂ ਕਰ ਸਕਦਾ ਹਾਂ ਅਤੇ ਸਿਰਫ ਮੈਂ ਹੀ ਕਰ ਸਕਦਾ ਹਾਂ, ਦੁਨੀਆ ਦੇ ਵਿੱਚ ਦੂਜਾ ਕੋਈ ਜੰਮਿਆ ਹੀ ਨਹੀਂ ਜਿਹੜਾ ਇਹ ਕੰਮ ਕਰ ਜਾਵੇ, ਇਹਨੂੰ ਕਹਿੰਦੇ ਨੇ ਹੰਕਾਰ। ਜਿੱਥੇ ਬੰਦਾ ਨਾ ਕੇਵਲ ਆਪਣੇ ਆਪ ਦੇ ਉੱਤੇ ਹੀ ਬਸ ਤਾਰਾਂ ਜੀਆਂ ਮਾਰੀ ਜਾਵੇ ਵੀ ਹੋਰ ਕੋਈ ਨਹੀਂ ਹੈਗਾ ਜਿਹੜਾ ਕੋਈ ਕੰਮ ਕਰੇਗਾ, ਮੈਂ ਕਰਾਂਗਾ ਬਸ, ਜਿਹੜਾ ਬੰਦਾ ਇਸ ਤਰ੍ਹਾਂ ਦੀ ਵਿਚਾਰ ਲੈ ਕੇ ਬੈਠਾ ਹੋਵੇ ਨਾ, ਹੁਣ ਮੰਨ ਲਓ ਮੈਂ ਸਟੇਜ ਦੇ ਉੱਤੇ ਬੈਠਾ ਅਤੇ ਮੈਂ ਹੋਵਾਂ ਸਿਰੇ ਦਾ ਹੰਕਾਰੀ ਅਤੇ ਮੈਂ ਇੱਥੇ ਬਹਿ ਕੇ ਸਟੇਟਮੈਂਟ ਦੇਵਾਂ ਕਿ ਮੇਰੇ ਵਰਗੀ ਕਥਾ ਨਾ ਸਿਰਫ ਮੈਂ ਹੀ ਕਰ ਸਕਦਾ ਵਾਂ, ਦੁਨੀਆਂ ਦੇ ਵਿੱਚ ਦੂਜਾ ਕੋਈ ਜੰਮਿਆ ਹੀ ਨਹੀਂ ਜਿਹੜਾ ਇਸ ਤਰੀਕੇ ਦੀ ਕਥਾ ਕਰ ਸਕੇ, ਇਹਨੂੰ ਕੀ ਕਹਾਂਗੇ, ਸਿਰੇ ਦਾ ਹੰਕਾਰੀ।
ਇਹ ਸਿਰੇ ਦਾ ਹੰਕਾਰੀ। ਤੇ ਜੇ ਮੈਂ ਇਹ ਕਹਾਂ ਕਿ ਹਾਂ ਮੈਂ ਕਥਾ ਕਰ ਸਕਦਾ ਵਾਂ, ਮੈਨੂੰ ਇਹ ਦਾਤ ਮੇਰੇ ਗਿਆਨ ਗੁਰੂ ਨੇ ਦਿੱਤੀ ਹੈ, ਮੈਂ ਕਥਾ ਕਰ ਸਕਦਾ ਹਾਂ, ਹਾਂ ਦੁਨੀਆ ਦੇ ਵਿੱਚ ਹੋਰ ਵੀ ਬਹੁਤ ਜਾਣੇ ਨੇ ਜਿਹੜੇ ਕਥਾ ਕਰ ਸਕਦੇ ਨੇ, ਠੀਕ ਹੈ। ਇਹ ਕੀ ਹੈ? ਇਹ ਸੈਲਫ ਕੌਨਫੀਡੈਂਸ ਹੈ ਵੀ ਹੋਰ ਵੀ ਹੈਗੇ ਨੇ, ਉਹ ਵੀ ਕਰ ਸਕਦੇ ਨੇ। ਪਰ ਜੇ ਮੈਂ ਇਹ ਕਹਾਂ ਕਿ ਕੇਵਲ ਮੈਂ ਹੀ ਕਰ ਸਕਦਾ ਹਾਂ, ਦੁਨੀਆ ਦੇ ਵਿੱਚ ਦੂਜਾ ਕੋਈ ਹੈ ਹੀ ਨਹੀਂ ਜਿਹੜਾ ਕਰ ਸਕੇ, ਇਹਨੂੰ ਕਹਿੰਦੇ ਨੇ ਹੰਕਾਰ। ਜਿਹੜਾ ਐਸਾ ਹੰਕਾਰ ਹੈ ਨਾ, ਇਸ ਨੂੰ ਆਪਣੇ ਅੰਦਰੋਂ ਖਤਮ ਕਰਨਾ ਹੈ। ਕਈ ਵਾਰ ਤਾਂ ਬੰਦਾ ਇਹ ਵੀ ਕੰਮ ਕਰਦਾ ਹੈ ਕਿ ਗੁਰੂ ਦੇ ਅੱਗੇ ਵੀ ਚੌੜਾ ਹੋ ਕੇ ਖੜ ਜਾਂਦਾ। ਗੁਰਬਾਣੀ ਦੀ ਵਿਚਾਰ ਕੁਝ ਹੋਰ ਹੈ, ਗੁਰਬਾਣੀ ਦੀ ਵਿਚਾਰ ਕੁਝ ਹੋਰ ਹੈ, ਪਰ ਬੰਦੇ ਨੇ ਨਾ ਆਪਣੇ ਅੰਦਰ ਕੁਝ ਵਿਚਾਰਾਂ ਐਸੀਆਂ ਬਣਾ ਲਈਆਂ ਨੇ ਜਿਹੜੀਆਂ ਵਿਚਾਰਾਂ ਗੁਰਬਾਣੀ ਦੇ ਨਾਲ ਮੈਚ ਨਹੀਂ ਕਰਦੀਆਂ। ਗੁਰਬਾਣੀ ਕੁਝ ਹੋਰ ਕਹਿ ਰਹੀ ਹੈ, ਸਾਹਮਣੇ ਖਲੋਤਾ ਜਿਹੜਾ ਬੰਦਾ ਉਹ ਕੁਝ ਹੋਰ ਕਹਿ ਰਿਹਾ। ਹੁਣ ਜਦੋਂ ਗੁਰਬਾਣੀ ਦਾ ਕੋਈ ਵਾਕ ਸਾਹਮਣੇ ਆਉਂਦਾ ਅਤੇ ਜਿਹੜਾ ਸਾਹਮਣੇ ਖਲੋਤਾ ਬੰਦਾ ਹੈ ਨਾ, ਉਹ ਪਤਾ ਕੀ ਕਹਿੰਦਾ? ਦੇਖੋ ਜੀ, ਭਾਵੇਂ ਜੋ ਮਰਜ਼ੀ ਹੋਵੇ, ਪਰ ਮੈਂ ਜੋ ਮੰਨਦਾ ਇਹ ਗੱਲ ਠੀਕ ਹੈ, ਮੈਂ ਜੋ ਮੰਨਦਾ ਇਹ ਗੱਲ ਠੀਕ ਹੈ। ਹੁਣ ਬਹੁਤੇ ਜਿਹੜੇ ਡੇਰੇਦਾਰਾਂ ਦੇ ਚੇਲੇ ਨੇ, ਸੰਪਰਦਾਇਆਂ ਦੇ ਚੇਲੇ ਨੇ, ਉਹਨਾਂ ਦੀ ਆਪਣੀ ਆਪਣੀ ਵਿਚਾਰ ਬਣ ਜਾਂਦੀ ਹੈ। ਜਿਹੋ ਜੀ ਉਹਨਾਂ ਦੇ ਬਾਬੇ ਦੀ ਵਿਚਾਰ ਹੈ, ਉਹੋ ਜੀ ਵਿਚਾਰ ਉਹਨਾਂ ਦੀ ਬਣ ਜਾਂਦੀ ਹੈ। ਅਤੇ ਭਾਵੇਂ ਫਿਰ ਉਹਨਾਂ ਦੀ ਗੱਲ ਗੁਰਬਾਣੀ ਦੇ ਨਾਲ ਮੈਚ ਭਾਵੇਂ ਨਾ ਕਰਦੀ ਹੋਵੇ, ਪਰ ਉਹ ਲੋਕ ਨੇ ਜਿਹੜੇ ਉਹ ਆਪਣੀ ਵਿਚਾਰ ਨੂੰ ਹੀ ਸਭ ਤੋਂ ਅੱਗੇ ਰੱਖਣਾ ਚਾਹੁੰਦੇ ਨੇ। ਉਹ ਕਹਿੰਦੇ ਨੇ ਗੁਰਬਾਣੀ ਦੀ ਵਿਚਾਰ ਜਿਹੜੀ ਹੈ ਉਹ ਦੂਜੇ ਨੰਬਰ ਦੇ ਉੱਤੇ ਹੋਵੇਗੀ, ਪਰ ਸਾਡੀ ਵਿਚਾਰ ਜਿਹੜੀ ਹੈ ਉਹ ਪਹਿਲੇ ਨੰਬਰ ਦੇ ਉੱਤੇ ਹੋਵੇਗੀ। ਜੋ ਅਸੀਂ ਕਹਿ ਰਹੇ ਹਾਂ ਉਹ ਠੀਕ ਹੈ, ਜੋ ਗੁਰਬਾਣੀ ਕਹਿ ਰਹੀ ਹੈ ਉਹਦੇ ਨਾਲ ਸਾਨੂੰ ਲੈਣਾ ਦੇਣਾ ਕੋਈ ਨਹੀਂ। ਇਹਨੂੰ ਕਹਿੰਦੇ ਨੇ ਹੰਕਾਰੀ ਹੋਣਾ। ਜਿੱਥੇ ਬੰਦਾ ਕੁਝ ਵੀ ਵਿਚਾਰਨ ਵਾਸਤੇ ਤਿਆਰ ਨਹੀਂ ਹੈ, ਕੁਝ ਵੀ ਸਮਝਣ ਵਾਸਤੇ ਤਿਆਰ ਨਹੀਂ ਹੈ। ਜਦੋਂ ਵੀ ਗੁਰਮਤ ਦੀ ਗੱਲ ਆਪਾਂ ਕਰਦੇ ਹਾਂ ਨਾ, ਦੇਖੋ ਇੱਥੇ ਇੱਕ ਗੱਲ ਸਿਖਾਈ ਗਈ ਹੈ। ਇੱਥੇ ਪਤਾ ਕੀ ਸਿਖਾਇਆ ਗਿਆ? ਇੱਥੇ ਇਹ ਗੱਲ ਸਿਖਾਈ ਗਈ, ਮਨ ਵੇਚੈ, ਪੜ੍ਹੋ ਜੀ, ਮਨ ਵੇਚੈ ਸਤਿਗੁਰ ਕੈ ਪਾਸ। ਇੱਥੇ ਮਨ ਵੇਚਣ ਦੀ ਗੱਲ ਸੀ, ਨਿਮਰਤਾ ਦੇ ਵਿੱਚ ਆ ਕੇ ਆਪਾਂ ਸਮਰਪਿਤ ਕਰਨ ਦੀ ਗੱਲ ਸੀ, ਠੀਕ ਹੈ ਨਾ, ਸਰੈਂਡਰ ਕਰਨ ਦੀ ਗੱਲ ਸੀ। ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ। ਇੱਥੇ ਤਾਂ ਇਹ ਵਿਚਾਰ ਲੈ ਕੇ ਆਉਣੀ ਸੀ, ਇਹਦੇ 'ਤੇ ਇਹ ਵਿਚਾਰ ਸਾਡੇ ਸਾਹਮਣੇ ਹੋਣੀ ਚਾਹੀਦੀ ਸੀ ਕਿ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਆਪਾਂ ਸਮਰਪਿਤ ਕਰਨ ਦੀ ਗੱਲ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਇਹ ਕੀ ਹੈ? ਇਹਨੂੰ ਕਹਿੰਦੇ ਨੇ ਆਪਾਂ ਸਮਰਪਿਤ ਕਰਨਾ, ਸਰੈਂਡਰ ਕਰ ਦਿੱਤਾ, ਠੀਕ ਹੈ ਨਾ। ਇੱਥੇ ਹੁਣ ਬੰਦਾ ਕਹਿੰਦਾ ਮੇਰੀ ਆਪਣੀ ਮਤ ਕੋਈ ਨਹੀਂ, ਮੈਂ ਸਮਝਾਂਗਾ ਆਪਣੇ ਗੁਰੂ ਦੇ ਕੋਲੋਂ, ਸ਼ਬਦ ਗੁਰੂ ਦੇ ਕੋਲੋਂ ਮੈਂ ਸਿੱਖਿਆ ਲਵਾਂਗਾ, ਮੈਂ ਵਿਵੇਕ ਗੁਰੂ ਦੇ ਕੋਲੋਂ ਸਿੱਖਿਆ ਲਵਾਂਗਾ, ਗਿਆਨ ਗੁਰੂ ਦੇ ਕੋਲੋਂ ਮੈਂ ਕੁਝ ਸਿੱਖਾਂਗਾ, ਅਤੇ ਆਪਣਾ ਜੀਵਨ ਮੈਂ ਇਸ ਤਰੀਕੇ ਦੇ ਨਾਲ ਬਤੀਤ ਕਰਾਂਗਾ। ਜੇ ਕਿਤੇ ਇਹ ਵਿਚਾਰ ਜੀਵਨ ਦੇ ਵਿੱਚ ਆ ਜਾਵੇ ਨਾ, ਅਸਲ ਦੇ ਵਿੱਚ ਉਹ ਹੁੰਦਾ ਹੈ ਸੂਰਮਾ, ਉਹ ਹੁੰਦਾ ਹੈ ਸੂਰਮਾ, ਜਿਹਦੇ ਬਾਰੇ ਦੇ ਵਿੱਚ ਕੁਰਬਾਣੀ ਦੇ ਵਿੱਚ ਵਾਕ ਆਇਆ, ਜਾ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ। ਹਰ ਰੰਗ ਲੱਗਣ ਦਾ ਅਰਥ ਕੀ ਹੈ? ਭਾਵ ਸੱਚੇ ਗਿਆਨ ਦੇ ਨਾਲ ਜੁੜ ਗਿਆ ਇਹ ਬੰਦਾ, ਇਹ ਸ਼ਬਦ ਗੁਰੂ ਵਾਲੀ ਵਿਚਾਰ ਦੇ ਨਾਲ ਜੁੜ ਗਿਆ, ਸੱਚ ਦੀ ਵਿਚਾਰ ਦੇ ਨਾਲ ਜੁੜ ਗਿਆ। ਜਾ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ। ਜਿਹੜਾ ਬੰਦਾ ਐਸਾ ਹੋ ਜਾਂਦਾ ਹੈ ਨਾ, ਸ਼ਬਦ ਗੁਰੂ ਦੀ ਵਿਚਾਰ ਨਾਲ ਜੁੜਦਾ, ਜਿਹੜਾ ਉਹ ਆਤਮ ਜਿਣੈ ਆਪਣੇ ਅੰਦਰ ਨੂੰ ਜਿੱਤ ਲੈਂਦਾ ਹੈ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅੱਗੇ ਗੋਡੇ ਨਹੀਂ ਟੇਕੇਗਾ, ਉਹ ਆਪਣੇ ਅੰਦਰ ਨੂੰ ਜਿੱਤ ਲੈਂਦਾ ਹੈ। ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਫਿਰ ਉਹਦੇ ਇੰਦਰੇ, ਗਿਆਨ ਇੰਦਰੇ ਉਹਦੇ ਕੰਟਰੋਲ ਦੇ ਵਿੱਚ ਹੁੰਦੇ ਨੇ, ਕਿਉਂਕਿ ਉਹ ਸੱਚ ਦੀ ਵਿਚਾਰ ਨੂੰ ਲੈ ਕੇ ਤੁਰਿਆ ਹੁੰਦਾ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਨੇ ਨਾਨਕ ਸੋ ਸੂਰਾ ਵਰੀਆਮ। ਹੇ ਨਾਨਕ, ਅਸਲੀ ਸੂਰਮਾ, ਅਸਲੀ ਸੂਰਾ ਕੌਣ ਹੈ? ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ, ਜਿਸਨੇ ਆਪਣੇ ਵਿੱਚੋਂ ਹੰਕਾਰ ਨੂੰ ਮਾਰ ਦਿੱਤਾ ਹੈ। ਜਿਨ੍ਹਾਂ ਨੂੰ ਇਹ ਵੀਡੀਓ ਚੰਗੀ ਲੱਗੀ ਹੈ, ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ, ਤਾਂ ਕਿ ਇਹ ਮੈਸੇਜ ਜਿਹੜਾ ਹੈ ਉਹ ਦੂਰ ਦੂਰ ਤੱਕ ਜਾ ਸਕੇ। ਜਿਨ੍ਹਾਂ ਵੀਰਾਂ ਭੈਣਾਂ ਨੇ ਹਜੇ ਤੱਕ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਜ਼ਰੂਰ ਦਬਾ ਦਿਓ ਅਤੇ ਆਲ 'ਤੇ ਜ਼ਰੂਰ ਕਲਿੱਕ ਕਰਿਓ, ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਉਸਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਜਿਨ੍ਹਾਂ ਨੇ ਅਜੇ ਤੱਕ ਮੈਨੂੰ ਫੇਸਬੁੱਕ 'ਤੇ ਫੋਲੋ ਨਹੀਂ ਕੀਤਾ, ਬਲਜੀਤ ਸਿੰਘ ਦਿੱਲੀ ਦੇ ਨਾਂ 'ਤੇ ਮੇਰਾ ਫੇਸਬੁੱਕ ਪੇਜ ਹੈ, ਉੱਥੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, ਮੇਰੇ ਪੇਜ ਨੂੰ ਲਾਈਕ ਕਰ ਦਿਓ, ਨਿਊ ਅਪਡੇਟਸ ਤੁਹਾਡੇ ਤੱਕ ਪਹੁੰਚ ਜਾਣਗੀਆਂ। ਧੰਨਵਾਦ।